ਵੱਧ ਅੰਦਰ ਮਾਮਲੇ ਵਿੱਚ ਕੁਸ਼ਲਦੀਪ ਸਿੰਘ ਕਿੱਕੇ ਢਿੱਲੋਂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਘਰ ਦੇ ਬਾਹਰ ਇਸ ਵਕਤ ਜੋ ਉਹਨਾਂ ਸਮਰਥਕ ਨੇ ਉਹ ਜੁੱਟਣੇ ਸ਼ੁਰੂ ਹੋ ਗਏ ਨੇ। ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਜਿਹੜੇ ਉਹਨਾਂ ਸਮਰਥਕ ਨੇ ਇਸ ਵਕਤ ਇੱਥੇ ਮੌਜੂਦ ਨੇ। ਲਗਾਤਾਰ ਸਮਰਥਕ ਜਿਹੜੇ ਨੇ ਉਹਨਾਂ ਦੇ ਇੱਥੇ ਜੁੜਦੇ ਜਾ ਰਹੇ ਨੇ। ਗੱਲਬਾਤ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਜਿਹੜੇ ਨੇ ਉਹਨਾਂ ਦੇ ਜੋ ਚਾਹੁਣ ਵਾਲੇ ਨੇ ਇੱਥੇ ਪਹੁੰਚੇ ਹੋਏ ਨੇ। ਸਰ ਕੀ ਨਾਂ ਤੁਹਾਡਾ? ਹਰਜੀਤ ਸਿੰਘ ਬਰਾੜ ਜੀ, ਐਡਵੋਕੇਟ ਜੀ। ਐਡਵੋਕੇਟ ਸਾਹਿਬ, ਕੀ ਲੱਗ ਰਿਹਾ ਜਿਹੜਾ ਇਹ ਪੂਰਾ ਮਾਮਲਾ ਇਸ ਵਕਤ? ਇਹ ਮਾਮਲਾ ਜੀ ਬਿਲਕੁਲ ਪੋਲੀਟੀਕਲ ਹੀ ਹੈ, ਜੋ ਵੀ ਹੈ ਇਹ ਪੋਲੀਟੀਕਲ ਤੌਰ 'ਤੇ, ਕਿਉਂਕਿ ਢਿੱਲੋਂ ਸਾਹਿਬ ਦਾ ਸਾਰਾ ਪਰਿਵਾਰ ਜੋ ਹੈ ਇਹ ਪੁਰਾਣਾ ਖਾਨਦਾਨੀ ਪਰਿਵਾਰ ਹੈ। ਖਾਨਦਾਨੀ ਪੋਲੀਟਿਕਸ ਜਿਹੜਾ ਹੈ ਬਚਪਨ ਤੋਂ ਹੀ ਢਿੱਲੋਂ ਸਾਹਿਬ ਨੇ ਸਿੱਖੀ ਹੈ, ਔਰ ਜੋ ਵੀ ਇਹ ਹੋਇਆ ਹੈਗਾ ਸਿਰਫ ਪੋਲੀਟੀਕਲੀ ਉਹਨਾਂ ਨੇ ਸ਼ਾਖ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ, ਜਿਸ ਵਿੱਚ 20% ਸਿੰਚਾਈ ਨਹੀਂ। ਬਾਈ ਜੀ, ਤੁਹਾਡਾ ਕਿਹੜਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਪੂਰਾ ਘਟਨਾਕ੍ਰਮ ਹੋ ਰਿਹਾ? ਘਟਨਾਕ੍ਰਮ ਇਹ ਤਾਂ ਪਤਾ ਹੀ ਲੱਗ ਰਿਹਾ ਜੀ, ਸਾਰਾ ਸਿਆਸੀ ਆ, ਸਿਆਸੀ ਰੰਜਿਸ਼ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਆ। ਪਹਿਲਾਂ ਵੀ 2-3 ਮਹੀਨੇ ਤੋਂ ਵਿਜੀਲੈਂਸ ਨੇ ਜੋ ਜਾਂਚ ਕੀਤੀ ਉਹਦੇ 'ਚ ਕੁਛ ਨਹੀਂ ਨਿਕਲਿਆ, ਸਿਰਫ ਇੱਕ ਸਿਆਸੀ ਚਾਲ। ਦੱਸ ਦੇ ਕਿ ਮੁਹਾਲੀ ਵਿੱਚ ਵੀ ਕੋਈ ਘਰ ਸੀਗਾ, ਉਸ ਦੀ ਵੀ ਜਾਂਚ ਕੀਤੀ ਗਈ ਹੈ, ਇੱਥੇ ਵੀ ਜਾਂਚ ਕੀਤੀ ਜਾ ਰਹੀ ਹੈ ਘਰ ਦੇ ਅੰਦਰ? ਉਹ ਤਾਂ ਜੀ ਵਿਜੀਲੈਂਸ ਦੀ ਜਾਂਚ ਦਾ ਵਿਸ਼ਾ, ਉਹਦੇ 'ਚ ਆਪਾਂ ਕੁਛ ਕਹਿ ਨਹੀਂ ਸਕਦੇ, ਵਾਕਈ ਕੀਤੀ, ਪਰ ਜੋ ਇਹ ਕਾਰਵਾਈ ਹੋ ਰਹੀ ਹੈ ਰਾਜਨੀਤੀ ਦੇ ਰਾਜਨੀਤੀ ਕੋਈ ਇਸ ਵਕਤ ਸਰਕਾਰ ਵੀ ਕੰਮ ਕਰ ਰਹੀ ਹੈ, ਵਿਜੀਲੈਂਸ ਬਿਊਰੋ ਪੂਰਾ ਲੱਗਿਆ ਹੋਇਆ, ਕੋਈ ਉਮੀਦ ਕਰਦੇ ਹੋ ਇਨਸਾਫ਼ ਦੀ? ਹਾਂ ਬਿਲਕੁਲ ਜੀ, ਅਦਾਲਤਾਂ 'ਚ ਤਾਂ ਇਨਸਾਫ਼ ਮਿਲਣਾ, ਅਦਾਲਤਾਂ ਨਾਲੋਂ ਕੋਈ ਨਹੀਂ, ਮਾਣਯੋਗ ਅਦਾਲਤਾਂ 'ਤੇ ਪਤਾ, ਅੱਗੇ ਵੀ ਜਿਨ੍ਹਾਂ 'ਤੇ ਕੋਈ ਕਾਰਵਾਈ ਹੋਈ ਸਿਆਸੀ, ਅਦਾਲਤਾਂ ਨੇ ਉਹਨਾਂ ਨੂੰ ਇਨਸਾਫ਼ ਦਿੱਤਾ। ਯਾਨੀ ਕਾਨੂੰਨ 'ਤੇ ਪੂਰਾ ਭਰੋਸਾ ਹੈਗਾ? ਹਾਂ, ਕਾਨੂੰਨ 'ਤੇ ਭਰੋਸਾ, ਬਾਕੀ ਢਿੱਲੋਂ ਸਾਹਿਬ ਦੇ ਪਰਿਵਾਰ ਬਾਰੇ ਸਾਰੇ ਜਾਣਦੇ ਹੀ ਆ, ਫਰੀਦਕੋਟ ਦੇ ਸਾਰੇ, ਇੱਕ ਉਹਨਾਂ ਨੇ ਤਾਂ ਪਹਿਲਾਂ ਹੀ ਦੱਸਤਾ ਸੀ ਸਿਆਸੀ ਕਾਰਵਾਈ। ਤਾਂ ਬਿਲਕੁਲ ਜੋ ਉਹਨਾਂ ਦੇ ਸਮਰਥਕ ਨੇ, ਉਹਨਾਂ ਦੇ ਨਾਲ ਦੇ ਲੋਕ ਨੇ, ਉਹਨਾਂ ਨੇ ਇਸ ਨੂੰ ਕਿਹਾ ਹੈ ਕਿ ਇਹ ਸਭ ਸਿਆਸੀ ਤੌਰ 'ਤੇ ਕੀਤਾ ਜਾ ਰਿਹਾ ਅਤੇ ਕਾਨੂੰਨ 'ਤੇ ਉਹਨਾਂ ਨੂੰ ਪੂਰਾ ਭਰੋਸਾ ਹੈ, ਕਾਨੂੰਨ ਜਿਹੜਾ ਹੈਗਾ ਉਹ ਆਪਣਾ ਕੰਮ ਕਰ ਰਿਹਾ ਅਤੇ ਕਾਨੂੰਨ 'ਤੇ ਭਰੋਸਾ ਇਹਨਾਂ ਤਮਾਮ ਲੋਕਾਂ ਨੇ ਜਿਤਾਏ। ਫਿਲਹਾਲ ਵੇਖਦੇ ਹਾਂ ਕਿ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਉਸ ਤੋਂ ਬਾਅਦ ਦੀ ਤਸਵੀਰ ਕਿਸ ਤਰੀਕੇ ਦੀ ਸਾਹਮਣੇ ਆਉਂਦੀ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੇ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਵੱਧ ਅੰਦਰ ਮਾਮਲੇ ਵਿੱਚ ਕੁਸ਼ਲਦੀਪ ਸਿੰਘ ਕਿੱਕੇ ਢਿੱਲੋਂ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਘਰ ਦੇ ਬਾਹਰ ਇਸ ਵਕਤ ਜੋ ਉਹਨਾਂ ਸਮਰਥਕ ਨੇ ਉਹ ਜੁੱਟਣੇ ਸ਼ੁਰੂ ਹੋ ਗਏ ਨੇ। ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਜਿਹੜੇ ਉਹਨਾਂ ਸਮਰਥਕ ਨੇ ਇਸ ਵਕਤ ਇੱਥੇ ਮੌਜੂਦ ਨੇ। ਲਗਾਤਾਰ ਸਮਰਥਕ ਜਿਹੜੇ ਨੇ ਉਹਨਾਂ ਦੇ ਇੱਥੇ ਜੁੜਦੇ ਜਾ ਰਹੇ ਨੇ। ਗੱਲਬਾਤ ਕੀਤੀ ਜਾਵੇ ਤਾਂ ਵੱਡੀ ਗਿਣਤੀ ਵਿੱਚ ਜਿਹੜੇ ਨੇ ਉਹਨਾਂ ਦੇ ਜੋ ਚਾਹੁਣ ਵਾਲੇ ਨੇ ਇੱਥੇ ਪਹੁੰਚੇ ਹੋਏ ਨੇ। ਸਰ ਕੀ ਨਾਂ ਤੁਹਾਡਾ? ਹਰਜੀਤ ਸਿੰਘ ਬਰਾੜ ਜੀ, ਐਡਵੋਕੇਟ ਜੀ। ਐਡਵੋਕੇਟ ਸਾਹਿਬ, ਕੀ ਲੱਗ ਰਿਹਾ ਜਿਹੜਾ ਇਹ ਪੂਰਾ ਮਾਮਲਾ ਇਸ ਵਕਤ? ਇਹ ਮਾਮਲਾ ਜੀ ਬਿਲਕੁਲ ਪੋਲੀਟੀਕਲ ਹੀ ਹੈ, ਜੋ ਵੀ ਹੈ ਇਹ ਪੋਲੀਟੀਕਲ ਤੌਰ 'ਤੇ, ਕਿਉਂਕਿ ਢਿੱਲੋਂ ਸਾਹਿਬ ਦਾ ਸਾਰਾ ਪਰਿਵਾਰ ਜੋ ਹੈ ਇਹ ਪੁਰਾਣਾ ਖਾਨਦਾਨੀ ਪਰਿਵਾਰ ਹੈ। ਖਾਨਦਾਨੀ ਪੋਲੀਟਿਕਸ ਜਿਹੜਾ ਹੈ ਬਚਪਨ ਤੋਂ ਹੀ ਢਿੱਲੋਂ ਸਾਹਿਬ ਨੇ ਸਿੱਖੀ ਹੈ, ਔਰ ਜੋ ਵੀ ਇਹ ਹੋਇਆ ਹੈਗਾ ਸਿਰਫ ਪੋਲੀਟੀਕਲੀ ਉਹਨਾਂ ਨੇ ਸ਼ਾਖ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ, ਜਿਸ ਵਿੱਚ 20% ਸਿੰਚਾਈ ਨਹੀਂ। ਬਾਈ ਜੀ, ਤੁਹਾਡਾ ਕਿਹੜਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਪੂਰਾ ਘਟਨਾਕ੍ਰਮ ਹੋ ਰਿਹਾ? ਘਟਨਾਕ੍ਰਮ ਇਹ ਤਾਂ ਪਤਾ ਹੀ ਲੱਗ ਰਿਹਾ ਜੀ, ਸਾਰਾ ਸਿਆਸੀ ਆ, ਸਿਆਸੀ ਰੰਜਿਸ਼ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਆ। ਪਹਿਲਾਂ ਵੀ 2-3 ਮਹੀਨੇ ਤੋਂ ਵਿਜੀਲੈਂਸ ਨੇ ਜੋ ਜਾਂਚ ਕੀਤੀ ਉਹਦੇ 'ਚ ਕੁਛ ਨਹੀਂ ਨਿਕਲਿਆ, ਸਿਰਫ ਇੱਕ ਸਿਆਸੀ ਚਾਲ। ਦੱਸ ਦੇ ਕਿ ਮੁਹਾਲੀ ਵਿੱਚ ਵੀ ਕੋਈ ਘਰ ਸੀਗਾ, ਉਸ ਦੀ ਵੀ ਜਾਂਚ ਕੀਤੀ ਗਈ ਹੈ, ਇੱਥੇ ਵੀ ਜਾਂਚ ਕੀਤੀ ਜਾ ਰਹੀ ਹੈ ਘਰ ਦੇ ਅੰਦਰ? ਉਹ ਤਾਂ ਜੀ ਵਿਜੀਲੈਂਸ ਦੀ ਜਾਂਚ ਦਾ ਵਿਸ਼ਾ, ਉਹਦੇ 'ਚ ਆਪਾਂ ਕੁਛ ਕਹਿ ਨਹੀਂ ਸਕਦੇ, ਵਾਕਈ ਕੀਤੀ, ਪਰ ਜੋ ਇਹ ਕਾਰਵਾਈ ਹੋ ਰਹੀ ਹੈ ਰਾਜਨੀਤੀ ਦੇ ਰਾਜਨੀਤੀ ਕੋਈ ਇਸ ਵਕਤ ਸਰਕਾਰ ਵੀ ਕੰਮ ਕਰ ਰਹੀ ਹੈ, ਵਿਜੀਲੈਂਸ ਬਿਊਰੋ ਪੂਰਾ ਲੱਗਿਆ ਹੋਇਆ, ਕੋਈ ਉਮੀਦ ਕਰਦੇ ਹੋ ਇਨਸਾਫ਼ ਦੀ? ਹਾਂ ਬਿਲਕੁਲ ਜੀ, ਅਦਾਲਤਾਂ 'ਚ ਤਾਂ ਇਨਸਾਫ਼ ਮਿਲਣਾ, ਅਦਾਲਤਾਂ ਨਾਲੋਂ ਕੋਈ ਨਹੀਂ, ਮਾਣਯੋਗ ਅਦਾਲਤਾਂ 'ਤੇ ਪਤਾ, ਅੱਗੇ ਵੀ ਜਿਨ੍ਹਾਂ 'ਤੇ ਕੋਈ ਕਾਰਵਾਈ ਹੋਈ ਸਿਆਸੀ, ਅਦਾਲਤਾਂ ਨੇ ਉਹਨਾਂ ਨੂੰ ਇਨਸਾਫ਼ ਦਿੱਤਾ। ਯਾਨੀ ਕਾਨੂੰਨ 'ਤੇ ਪੂਰਾ ਭਰੋਸਾ ਹੈ? ਹਾਂ, ਕਾਨੂੰਨ 'ਤੇ ਭਰੋਸਾ, ਬਾਕੀ ਢਿੱਲੋਂ ਸਾਹਿਬ ਦੇ ਪਰਿਵਾਰ ਬਾਰੇ ਸਾਰੇ ਜਾਣਦੇ ਹੀ ਆ, ਫਰੀਦਕੋਟ ਦੇ ਸਾਰੇ, ਇੱਕ ਉਹਨਾਂ ਨੇ ਤਾਂ ਪਹਿਲਾਂ ਹੀ ਦੱਸਤਾ ਸੀ ਸਿਆਸੀ ਕਾਰਵਾਈ। ਤਾਂ ਬਿਲਕੁਲ ਜੋ ਉਹਨਾਂ ਦੇ ਸਮਰਥਕ ਨੇ, ਉਹਨਾਂ ਦੇ ਨਾਲ ਦੇ ਲੋਕ ਨੇ, ਉਹਨਾਂ ਨੇ ਇਸ ਨੂੰ ਕਿਹਾ ਹੈ ਕਿ ਇਹ ਸਭ ਸਿਆਸੀ ਤੌਰ 'ਤੇ ਕੀਤਾ ਜਾ ਰਿਹਾ ਅਤੇ ਕਾਨੂੰਨ 'ਤੇ ਉਹਨਾਂ ਨੂੰ ਪੂਰਾ ਭਰੋਸਾ ਹੈ, ਕਾਨੂੰਨ ਜਿਹੜਾ ਹੈਗਾ ਉਹ ਆਪਣਾ ਕੰਮ ਕਰ ਰਿਹਾ ਅਤੇ ਕਾਨੂੰਨ 'ਤੇ ਭਰੋਸਾ ਇਹਨਾਂ ਤਮਾਮ ਲੋਕਾਂ ਨੇ ਜਿਤਾਏ। ਫਿਲਹਾਲ ਵੇਖਦੇ ਹਾਂ ਕਿ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਕੁਸ਼ਲਦੀਪ ਢਿੱਲੋਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਉਸ ਤੋਂ ਬਾਅਦ ਦੀ ਤਸਵੀਰ ਕਿਸ ਤਰੀਕੇ ਦੀ ਸਾਹਮਣੇ ਆਉਂਦੀ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੇ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।